ਠੀਕ ਆ ਮੈਂ ਹੁਣ ਮਾਂ ਨੂੰ ਦੱਸਦੀ ਕੀ ਹੋਇਆ ਮੈਂ ਸਵੇਰ ਦੀ ਲੱਗੀ ਹੀ ਕੰਮ ਗ੍ਰਹੀ ਹੀ ਘਰ ਦਾ ਘਰ ਦੇ ਹਾਂ ਕੰਮ ਕਰੀ ਗਈ ਕੰਮੀ ਕਰੀ ਗਈ ਤੇ ਜਦੋਂ 4:30 ਵਜੇ ਸਾਢੇ 12 ਹਾਂ ਹਰ ਹੱਦ ਚੇਤਨੂ ਕੋ ਸ਼ੋਵੇ ਦਿਲ ਮੇਰਾ ਡੋਲ ਡੋਲ ਪਵੇ ਕਿਤੇ ਅੱਖਾਂ ਨੂੰ ਝੋਰੇ ਜੇ ਭੈਣ ਹਾਂ ਅੱਖਾਂ ਬੜੀ ਤਾਰੇ ਤਾਰੇ ਹੁਣ ਹੈ ਹੇ ਰੱਬ ਕੀ ਹੋ ਗਿਆ ਮੈਨੂੰ ਮਤ ਚੰਗੀ ਭਣੀ ਹੀ ਸਵੇਰੇ ਹਾਂ ਤੇ ਮੈਂ ਤੇ ਕਿਤੇ ਕਾਲੀਆਂ ਕਬਰਾਟਾਂ ਪੈਣੀਆਂ ਮੈਂ ਤੇ ਪਾ ਤੇ ਰੋਲੇ ਹਾਂ ਮੈਂ ਆਵੇ ਵਿਚਾਲੋ ਮੈਨੂੰ ਇਹ ਵਿਚਾਲੋਵੇ ਲੋਕੋ ਵਿਚਾਲੋ ਮੈਂ ਨਹੀਂ ਬਚਦੀ ਹੁਣ ਹਾਂ ਮਹਾ ਮੈਨੂੰ ਲਾ ਜੋ ਹੋ ਪੀਟਲੋ ਮੈਂ ਨਹੀਂ ਬਚਦੀ ਤੇ ਮੁੜ ਕੇ ਫਿਰ ਮੈਂ ਨਾ ਸੋਚਾਂ ਮੈਂ ਕਿ ਹਾਈ ਮੇਰੇ ਨਿਕਣੀ ਕੀ ਜੀ ਆ ਜਾਂਦਾ ਮੈਂ ਹਾਡ ਦਿਮਾਗ ਲਾਇਆ ਮੈਂ ਕੀ ਗੱਲ ਕੀ ਹੋ ਗਈ ਚੱਕਰ ਕੀ ਬਣਿਆ ਹੈ ਤੇ ਮੈਂ ਪਸੋਚਿਆ ਸੋਚਿਆ ਤੇ ਸੋਚ ਕੇ ਤੇ ਫੇਰ ਮੈਨੂੰ ਯਾਦ ਆਇਆ ਮਹਾ ਅਗਲਗਣ ਮੈਂ ਤੇ ਅੱਜ ਡਾਈਟਿੰਗ ਸ਼ੁਰੂ ਕੀਤੀ ਸੀ ਆਹ ਸਵੇਰ ਦੀ ਡਾਈਟਿੰਗ ਸ਼ੁਰੂ ਕੀਤੀ ਹਾਏ ਹਾਏ ਅੱਜ ਹੀ ਸ਼ੁਰੂ ਕੀਤੀ ਸਵੇਰੇ ਆਹ ਤੇ ਮਹਾ ਮਾਓ ਸ਼ੁਰੂ ਕੀਤੀ ਤੇ ਤਾਂ ਕਰਕੇ ਆ ਪਾਣਾ ਵਰਤਿਆ ਹੂੰ ਫੇਰ ਮਹਾ ਅੱਗੇ ਲੱਗੇ ਡਾਈਟਿੰਗ ਨੂੰ ਜੇ ਤੂੰ ਰੋਜਿੰਦੀ ਰਹੇਂਗੀ ਤੇ ਫੇਰ ਹੀ ਡਾਈਟਿੰਗ ਕਰੇਂਗੀ ਹਾਂ ਫੇਰ ਮੈਂ ਕੱਢੇ ਛੇ ਪ੍ਰਸ਼ਾਦੇ ਸ਼ਿਕ ਵਿੱਚੋਂ ਕੱਢ ਕੇ ਇੱਕ ਸਬਜੀ ਦਾ ਵੱਡਾ ਕੋਲਾ ਫੜਿਆ ਤੇ ਨਾਲ ਫੜਿਆ ਦਹੀਂ ਉਹ ਵਸ਼ਾ ਗਿਆ ਫੇਰ ਮੈਂ ਸਹੀ ਹੋਈ ਹਾਂ ਮੈਂ ਜਿੰਦੇ ਰਹੀਏ ਫੇਰ ਹੀ ਕਰਨੇ ਡਾਈਟਿੰਗ ਹਾਂ ਹਾਂ ਆ ਬਣੀ ਬੇ ਨਾਕਾ